Hey.
I'm
Hare Krishna.
ਇਤਨਾ ਦੁੱਖ ਨਹੀਂ ਸੋਣਾ
ਜਿੱਤਣਾ ਤੇਰੇ ਜਾਂਦਾ ਆਖੋ ਸਤਨਾਮ ਆਓ। ਜਦੋਂ ਅਸੀਂ ਗੱਲ ਕਰਦੇ ਪਤਾ ਨੀ ਕਿਤਨਿਆਂ ਦੀ ਬਿਰਤੀ ਟੁੱਟ ਜਾਂਦੀ ਹੈ। ਇੱਕ ਜੁੜ ਗਿਆ ਘਰ ਵਿੱਚੋਂ ਸਾਰਾ ਟੱਬਰ ਤਰ ਗਿਆ। ਆਪ ਤਰੇ ਸਕਲੇ ਕੁੱਲ ਤਾਰੇ, ਕੱਲਾ ਨਹੀਂ ਤਰਦਾ, ਰਿਸ਼ਤੇਦਾਰ ਬਰਾਦਰੀ ਰਿਸ਼ਤੇਦਾਰ ਸੰਬੰਧੀ ਉਹ ਵੀ ਤਰ ਦਿੰਦੇ, ਨਾਲ ਦਾ ਰੈਸਟੋਰੈਂਟ ਸ਼ੋਪਕੀਪਰ ਉਹ ਵੀ ਤਰ ਦਿੰਦਾ, ਭਾਵੇਂ ਅਸੀਂ ਜਲ ਚ ਕਰਦੇ ਬਿਜ਼ਨਸ ਕਾਰੋਬਾਰ, ਸਾਰੇ ਬਿਜ਼ਨਸ ਤੋਂ ਸਾਡੇ ਕੰਮ 'ਚ ਹੀ ਹੁੰਦਾ, ਸਾਡੇ ਕੰਮ 'ਚ ਵੀ ਹੁੰਦਾ, ਅਸੀਂ ਜਲ ਚ ਕਰਨੇ ਪੁਰਾਣਾ ਅੱਗੇ ਕੋਈ ਨੰਗ ਗਿਆ, ਮਿਹਨਤ ਨਹੀਂ ਕਰਨੀ। ਤੇਰੇ ਸਮੇਂ ਵੀ ਮੈਂ ਬੈਠ ਗਿਆ ਕਿ ਗੁਰੂ ਮਹਾਰਾਜ ਦੀ ਕਿਰਪਾ, ਅੱਠ ਅੱਠ ਦਸ ਦਸ ਘੰਟੇ ਰਿਆਜ਼ ਕਰੀਦਾ, ਇੱਕ ਇੱਕ ਸੁਰ ਨੂੰ ਸਾਧਨਾ ਪੈਂਦਾ ਹੈ। ਇਹ ਸੁਰਾਂ ਮੈਂ ਜੇ ਸਿਖਾਉਂਦਾ ਨਾ, ਉਸ ਤੁਹਾਡੇ ਬੁੱਧਵਾਰ ਅਤੇ ਵੀਰਵਾਰ ਦੋ ਦਿਨ ਕਲਾਸ ਸੀ, ਹੁਣ ਸ਼ਾਮ ਬੁੱਧਵਾਰ ਨੂੰ ਅਸੀਂ ਕੀਰਤਨ ਵੀ ਰੱਖਣਾ। ਜੇ ਤਾਂ ਤੁਸੀਂ ਆਇਆ ਕਰੋਗੇ ਤਾਂ ਫਿਰ ਅਸੀਂ ਬੈਠੇ ਹਾਂ, ਨਹੀਂ ਤਾਂ ਮੇਰਾ ਕੰਮ ਬਹੁਤ ਸੋਹਣਾ ਚੱਲਦਾ, ਬਹੁਤ ਸੋਹਣਾ ਕੰਮ ਚੱਲਦਾ ਮੇਰਾ ਟੀਚਿੰਗ ਦਾ, ਕੰਟਰੀ ਟੂ ਕੰਟਰੀ ਹਜ਼ਾਰ ਹਜ਼ਾਰ ਪੰਜ ਪੰਜ ਸੌ ਬੱਚਾ ਦੂਰੋਂ। ਮੈਂ ਬਿਲੀਵ ਕਰੂੰਗੀ ਦੋ ਵੀਕਾਂ ਪਹਿਲੇ ਦੂਸਰੀ ਕੰਟਰੀ 'ਚ ਸੀ, ਉਹ ਬੀਬੀ ਮੈਨੂੰ ਭਾਈ ਜੋ ਕਹਿਣ ਲੱਗੇ ਹੱਸਦੇ, ਮੈਂ ਹੱਸਦਾ ਰਹਿੰਦਾ ਖੁਸ਼ ਰਹਿੰਦਾ, ਮੇਰੀ ਆਦਤ ਹੈ ਕੀ ਕਰਾਂ ਮੈਂ, ਮੇਰੀ ਐਨਰਜੀ ਮੁੱਕ ਜਾਂਦੀ ਤਾਂ ਮੈਨੂੰ ਹੱਸਦੇ ਕਿ ਤਾਂ ਕਿ ਸਟੂਡੈਂਟ ਨੂੰ ਐਂ ਲੱਗੇ ਵੀ ਘਰ 'ਚ ਬੈਠਾ ਕਲਾਸ 'ਚ ਨਹੀਂ ਬੈਠਾ। ਉਹ ਕਹਿੰਦੇ ਬਾਬਾ ਜੀ ਅਸੀਂ ਕਿੱਥੋਂ ਹੋਲੈਂਡ ਦਾ ਬਾਬਲ, ਕਿੱਥੇ ਬੈਲਜੀਅਮ, ਇੱਕ ਕੋਨਾ ਅਲੱਗ, ਅਸੀਂ 400 ਮੀਲ ਦੂਰ ਤੋਂ ਆਏ, ਤੁਹਾਡਾ ਨਾਮ ਪੜ੍ਹਿਆ ਸੀ। ਮੇਰੇ ਵੱਡੇ ਬਾਗ, ਮੇਰੇ ਵੱਡੇ ਬਾਗ, ਤੁਸੀਂ ਬੈਠੋ। ਮੈਂ ਬੱਚੀ ਬੱਚਾ ਲੈ ਕੇ ਉਹਨਾਂ ਕੀਰਤਨ ਸਿੱਖਿਆ, ਫਿਰ ਐਤਵਾਰ ਨੂੰ ਸਟੇਜ 'ਤੇ ਪੜ੍ਹਿਆ। ਪੰਜ ਦਿਨ ਬੱਚਾ ਤੁਸੀਂ ਮੈਨੂੰ 2 ਘੰਟੇ ਰੋਜ਼ ਦੇ ਦਿਓ, ਪੰਜਵੇਂ ਦਿਨ ਸਟੇਜ 'ਤੇ ਕਲਾਸੀਕਲ ਪੜ੍ਹ ਸੀ, ਰਾਗ ਰਾਗ ਤਾਲ ਵਿੱਚ ਬਕਾਇਦਾ, ਇਹਨੇ ਕੀ ਸੱਜੇ ਮੁੜ ਜਾਓ ਖੱਬੇ ਮੁੜ ਜਾਓ ਨਾ। ਭਾਈ ਗੁਰਦਾਸ ਜੀ ਕਹਿੰਦੇ ਆਮ ਕੀ ਸਦਲ ਕਤ ਮਿੱਟੀ ਨਾ ਆਮਲੀ ਖਾ, ਧਿਆਨ ਦੇਣਾ, ਬੰਦੇ ਦਾ ਮਨ ਕਰੇ ਕਿ ਮੈਂ ਮਿੱਠੇ ਮਿੱਠੇ ਅੰਬ ਖਾਵਾਂ, ਹੁਣ ਆ ਜਾਵੇ ਮੂੰਹ 'ਚ ਕੋਈ ਖੱਟੀ 'ਚ ਇਮਲੀ ਦੀ ਆ ਜਾਵੇ ਮੂੰਹ 'ਚ ਗਿੱਠ, ਕਿਹੋ ਸੀ ਅੰਬ ਦਾ ਸਵਾਦ ਆ ਸੀ। ਹੁਣ ਬੜਾ ਸੁੰਦਰ ਸਮਝਾਇਆ ਭਾਈ ਸਾਹਿਬ ਨੇ, ਆਮ ਕੀ ਸਦਲ ਕਤ ਮਿੱਟੇ ਨਾ ਆਮਲੀ ਖਾਏ, ਪਿਤਾ ਕਾ ਪਿਆਰ ਨਾ ਪੜੋਸੀ ਪੈ ਪਾਈ, ਨੈਕਸਟ ਟੂ ਨੇਬਰ, ਗੁਆਂਢੀ ਰਿਸ਼ਤੇਦਾਰ। ਜੋ ਬੱਚੇ ਨੂੰ ਮਾਂ ਬਾਪ ਪਿਆਰ ਕਰ ਸਕਦੇ ਨੇ, ਗੁਆਂਢੀ ਨਹੀਂ ਕਰ ਸਕਦਾ, ਧਿਆਨ ਦੇਣਾ। ਸਾਡਾ ਕੰਮ ਤਦੇ ਨਹੀਂ ਹੁੰਦਾ, ਅਸੀਂ ਕਹਿੰਦੇ ਮਾਂ ਮੇਰੀ ਜਪ ਰਹੀ, ਪਿਤਾ ਜਪ ਰਿਹਾ, ਮੈਨੂੰ ਕੀ ਲੋੜ ਹੈ ਗੁਰਦੁਆਰੇ ਜਾਣ ਦੀ, ਧਿਆਨ ਦੇਣਾ। ਇਹ ਸਿੰਗਲ ਅਕਾਊਂਟ ਜੇ ਇੱਕ ਜੁਆਇੰਟ ਅਕਾਊਂਟ ਹੁੰਦਾ, ਜੁਆਇੰਟ ਅਕਾਊਂਟ ਅਸੀਂ ਸਮਝਦੇ ਸਾਰੇ ਪੜ੍ਹੇ ਲਿਖੇ ਬੈਠੇ ਨੇ, ਇੱਕ ਹੁੰਦਾ ਜੁਆਇੰਟ ਅਕਾਊਂਟ, ਇੱਕ ਹੁੰਦਾ ਸਿੰਗਲ ਅਕਾਊਂਟ। ਜੁਆਇੰਟ ਅਕਾਊਂਟ ਦਾ ਹੀ ਫਾਇਦਾ, ਜਿਹੜਾ ਮਰਜ਼ੀ ਘਟਾ ਕੱਢ ਲੈ, ਜਿਹੜਾ ਮਰਜ਼ੀ ਪਾ ਲੈ, ਪਰ ਸਿੰਗਲ ਅਕਾਊਂਟ ਉਹੀ ਪਾ ਸਕਦਾ, ਉਹੀ ਕੱਢ ਸਕਦਾ, ਪਾ ਕੋਈ ਵੀ ਸਕਦਾ ਪਰ ਕੱਢ ਉਹੀ ਸਕਦਾ। ਇਹ ਧਰਮ ਰਾਜੇ ਦੀ ਜਦੋਂ ਕਚਹਿਰੀ ਵਿੱਚ ਜਾਸੋ ਨਾ ਬਾਈ ਪਿਆਰਿਓ, ਉੱਥੇ ਸਿੰਗਲ ਤੁਹਾਡੇ ਅਕਾਊਂਟ 'ਚ ਜੋ ਤੁਸੀਂ ਜਿਨ ਹਰ ਜਪਿਆ ਸੀ ਹਰ ਹੋਏ, ਜਿਸਨੇ ਜਪਿਆ ਹੋਏਗਾ ਉਹਦੇ ਅਕਾਊਂਟ 'ਚ ਪੈਣਾ, ਨਹੀਂ ਕਿ ਮੇਰੀ ਮਾਤਾ ਨੇ, ਮੇਰੇ ਪਿਤਾ ਨੇ, ਮੇਰੇ ਭਰਾ ਨੇ, ਮੇਰੀ ਭੈਣ ਨੇ, ਜਾਂ ਮੇਰੇ ਰਿਸ਼ਤੇਦਾਰ ਨੇ ਅੱਜ ਮੇਰੇ ਹਿੱਸੇ ਦਾ ਪਾਠ ਕਰ ਲਿਆ, ਮੇਰੇ ਕੋਈ ਗੱਲ ਮੇਰੇ ਅਕਾਊਂਟ 'ਚ ਪੈ ਗਏ ਨਾ। ਅਸੀਂ ਕਹਿ ਦਿੰਦੇ ਕਈ ਦਫ਼ਾ, ਪ੍ਰਾਤਮ ਸਮਾਂ ਹੁੰਦਾ ਸੀ, ਮੈਂ ਯਾਦ ਦੇਖਦਾ ਹੁੰਦਾ, ਨਿੱਕਾ ਨਿੱਕਾ ਛੋਟਾ ਜਿਹਾ ਹੁੰਦਾ ਸੀ, ਪੁਰਾਣਾ ਸਮਾਂ ਸੀ, ਕਿਸੇ ਨੇ ਹਜ਼ੂਰ ਸਾਹਿਬ ਜਾਣਾ ਨਾ, ਇੰਡੀਆ ਦੀ ਗੱਲ ਹੈ, ਸੁਣਦੇ ਸੀ ਨਾ ਕੰਨਾਂ ਨੇ, ਨਿੱਕੇ 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 ਨੇ, ਪਰਿਵਾਰ ਸਾਰਾ ਗੁਰਸਿੱਖ ਪਰਿਵਾਰ ਸੀ, ਉਹਨੇ ਕਹਿਣਾ ਮੈਂ ਹਜ਼ੂਰ ਸਾਹਿਬ ਜਾ ਕੇ ਕਹਿੰਦਾ ਬਾਈ ਆ ਲੈ 1.25 ਰੁਪਈਆ, 1 ਰੁਪਈਆ, 2, 4 ਆਨੇ, 5 ਜਿੰਨੇ ਕਿਸੇ ਦੀ ਹਿੰਮਤ ਹੁੰਦੀ। ਉਹਨੇ ਕਹਿਣਾ ਮੇਰੀ ਵੀ ਅਰਦਾਸ ਕਰਾ ਦੀ ਉੱਥੇ ਜਾ ਕੇ, ਠੀਕ ਹੈ ਕਿ ਉਹ ਜਾ ਨਹੀਂ ਸਕਦਾ ਸੀ, ਇੰਨੇ ਖਰਚਾ ਨਹੀਂ ਸੀ ਹੁੰਦਾ, ਇੰਨੇ ਪੈਸੇ ਨਹੀਂ ਸੀ ਹੁੰਦੇ। ਅੱਜ ਗੁਰੂ ਨੇ ਸਾਨੂੰ ਸੋਹਣੀਆਂ ਸੋਹਣੀਆਂ ਗੱਡੀਆਂ ਦਿੱਤੀਆਂ, ਬਹੁਤ ਸੋਹਣੀਆਂ ਸੋਹਣੀਆਂ ਸੁੰਦਰ ਗੱਡੀਆਂ ਦਿੱਤੀਆਂ। ਮੈਂ ਸੋਚਦਾ ਮੈਂ ਆਪਣਾ ਕਦੇ ਪਿਛੋਕੜ ਦੇਖਦਾ ਤਾਂ ਬੱਚਿਆਂ ਨੂੰ ਕਹਿੰਦਾ ਮੈਂ ਜਿਹੜੀਆਂ ਗੱਡੀਆਂ ਤੁਸੀਂ 50-50 ਹਜ਼ਾਰ ਪਾਉਣ ਦੀਆਂ ਲਈ ਫਿਰਦੇ, ਮੇਰੇ ਕੋਲ ਤਾਂ ਸਾਈਕਲ ਨਹੀਂ ਸੀ ਹੁੰਦਾ। ਇਹ ਨਹੀਂ ਕਿ ਸਭ ਕੁਛ ਹੈਗਾ ਸੀ, ਘਰ ਦੇ ਕਹਿੰਦੇ ਸੀ ਵੀ ਤੂੰ ਛੱਡ ਆਪਣਾ ਬਿਜ਼ਨਸ ਸੰਭਾਲ, ਅਤੇ ਮੈਂ ਕਹਿੰਦੇ ਮੈਂ ਕੀਰਤਨ ਕਰੂੰਗਾ, ਛੱਡ ਛੱਡ ਕੇ ਆਈਦਾ ਸੀ, ਹੁਣ ਘਰ ਦੇ ਪੈਸੇ ਕਿਉਂ ਦੇਣ ਖਰਚਣ ਵਾਸਤੇ, ਹਲ ਉਹਨਾਂ ਦੀ ਵੀ ਠੀਕ ਹੈ। ਭਾਈ ਗੁਰਦਾਸ ਜੀ ਦੀ ਮੈਂ ਗੱਲ ਕਹਿ ਰਿਹਾ ਸੀ, ਭੁੱਲ ਗਿਆ, ਆਮ ਕੀ ਸਦਲ ਕਤ ਮਿੱਟੇ ਨਾ ਆਮਲੀ ਖਾਏ, ਪਿਤਾ ਕਾ ਪਿਆਰ ਨਾ ਪੜੋਸੀ ਪੈ ਪਾਈ।
ਗਵਾਂਢੀ ਨੈਕਸਟ ਨੇਬਰ ਕਿਤਨਾ ਵੀ ਚੰਗਾ ਹੋਵੇ, ਕਿਤਨਾ ਪਿਆਰਾ ਹੋਵੇ, ਕਿਤਨਾ ਸੇਵਾਦਾਰ ਹੋਵੇ, ਪਰ ਜੋ ਮਾਂ ਬਾਪ ਬੱਚੇ ਨੂੰ ਪਿਆਰ ਕਰ ਸਕਦੇ ਸਾਸ ਨੂੰ ਕੋਈ ਹੋਰ ਨਹੀਂ ਕਰ ਸਕਦਾ। ਸਮਾਂ ਥੋੜਾ ਹੈ, ਅੱਜ ਸਹਿਜ ਪਾਠ ਦਾ ਭੋਗ ਵੀ ਪੈਣਾ, ਇਸ ਕਰਕੇ ਮੈਂ ਛੋਟੀ ਜਿਹੀ ਸਾਖੀ ਜ਼ਰੂਰ ਸੁਣਾਵਾਂਗਾ, ਜ਼ਿਆਦਾ ਲੰਮਾ ਸਮਾਂ ਨਾ ਲਵਾਂ। ਜਦੋਂ ਤੁਹਾਨੂੰ ਕਹਿੰਦੇ ਜਪੋ, ਤਾਂ ਮੈਂ ਦੇਖੋ ਮੈਂ ਸੋਚਦਾ ਮੇਰੀ ਆਵਾਜ਼ ਦੇਖੋ ਤੁਸੀਂ, ਮੰਦਰ ਸਭ ਤੱਕ ਵਾਜਾ ਖਤਮ ਹੋ ਜਾਂਦਾ, ਤਾਰ ਸਭ ਤੱਕ ਉੱਤੇ ਵਾਜਾ ਖਤਮ ਹੋ ਜਾਂਦਾ, ਜੇ ਮੈਂ ਕਰ ਸਕਦਾ ਤਾਂ ਕੋਈ ਔਖੀ ਗੱਲ ਨਹੀਂ। ਕੋਈ ਕੰਮ ਔਖਾ ਮਾਰੇ ਕਹਿੰਦੇ ਆਖਣ ਔਖਾ ਸੱਚਾ, ਜੇ ਆਖਾਂਗੇ ਤਾਂ ਔਖਾ ਹੀ ਹੋਇਆ ਨਾ। ਗੁਆਂਢੀ ਕਿੰਨਾ ਵੀ ਚੰਗਾ ਭਾਈ ਸਾਹਿਬ ਕਹਿੰਦੇ ਨੇ, ਜਿਸ ਤਰ੍ਹਾਂ ਜਿਸ ਮਾਂ ਆਪਣੇ ਬੱਚੇ ਨੂੰ ਥੋੜ੍ਹੀ ਦੇਰ ਲਈ ਸਵਾ ਕੇ ਕਹਿੰਦੀ ਬੱਚਾ ਸੌਂ ਗਿਆ, ਇਸ ਕੰਟਰੀ ਦਾ ਸੂਰਤ ਨਹੀਂ ਹੈਗਾ, ਬੱਚੇ ਨੂੰ ਲੰਮਾ ਪਾ ਕੇ ਨਹੀਂ ਜਾ ਸਕਦੇ, ਛੋਟੇ ਬੱਚੇ ਨੂੰ ਲੰਮਿਆਂ ਪਾ ਕੇ ਨਹੀਂ ਜਾ ਸਕਦੇ। ਤੁਹਾਨੂੰ ਪਤਾ ਹੋਏਗਾ, ਲਓ ਜਿਹਨਾਂ ਨੂੰ ਪਤਾ, ਮੇਰੀ ਬੇਟੀ ਸਲਿਸਟ ਹੈ, ਮੈਂ ਅੱਜ ਗੱਲ ਕਰਨੀ ਸੀ, ਮੈਨੂੰ ਯਾਦ ਭੁੱਲ ਗਿਆ, ਮੈਂ ਉਹਨੂੰ ਕਿਹਾ ਬੇਟਾ ਆ ਕੇ ਸਮਾਂ ਕੱਢਿਆ ਕਰੇ, ਘੰਟਾ ਦੋ ਘੰਟਾ ਇੱਥੇ ਬੈਠਿਆ ਕਰਾ ਕੇ। ਕਹਿੰਦੇ ਬਾਬਾ ਜੀ ਕੀ ਮਿਲ ਸੀ? ਮੈਂ ਕਿਹਾ ਤੇਰੀ ਸੇਵਾ ਹੋ ਸੀ ਬਾਬੇ ਦੇ ਦਰ 'ਤੇ, ਆ ਕੇ ਕਿਸੇ ਨੂੰ ਗੁੱਡ ਐਡਵਾਈਸ ਕਰੇਗੀ, ਤੂੰ ਸਲਿਸਟਰ ਹੈਗੀ ਹੈ, ਕਿਸੇ ਦਾ ਭਲਾ ਹੋਏਗਾ ਤੇਰਾ ਵੀ ਭਲਾ ਹੋਏਗਾ ਨਾਲ। ਆਖ ਸਤਨਾਮ, ਜੋਰ ਦੀ ਆਖ ਸਤਨਾਮ, ਹੋ ਜਾਏਗਾ ਮਾਰੇ ਕੇ ਬੱਚੇ ਆਖ ਆਗਿਆ ਕਰਨਗੇ, ਜਤਨ ਕਰਾਂਗੇ ਤੁਹਾਡਾ ਪਿਆਰ ਮਿਲੇਗਾ, ਆ ਕੇ ਬੈਠਿਆ ਕਰ, ਤੁਹਾਡੀਆਂ ਗੱਲਾਂ ਬਾਤਾਂ ਸੁਣੇਗੀ, ਤੁਹਾਨੂੰ ਕੋਈ ਐਡਵਾਈਸ ਕਰੇਗੀ, ਸਾਰਿਆਂ ਨੂੰ ਲੋੜ ਹੁੰਦੀ ਹੈ। ਮਾਂ ਬੱਚੇ ਨੂੰ ਪੰਘੂੜੇ 'ਚ ਪਾ ਕੇ ਸੌ ਜਾਂਦਾ ਅਤੇ ਬਾਜ਼ਾਰ 'ਚ ਲੈ ਜਾਂਦੀ ਸ਼ੋਪਿੰਗ ਕਰਨ ਵਾਸਤੇ, ਬਾਹਰ ਕੁੰਡੀ ਲਾ ਜਾਂਦੀ ਹੈ। ਬੱਚਾ ਹੁਣ ਬੱਚਾ, ਥੋੜ੍ਹੀ ਦੇਰ ਨੂੰ ਅੱਧੇ ਘੰਟੇ ਬਾਅਦ ਘੰਟੇ ਬਾਅਦ ਉੱਠਦਾ ਅਤੇ ਉੱਚੀ ਉੱਚੀ ਰੋਂਦਾ, ਉੱਚੀ ਉੱਚੀ ਰੋਂਦਾ, ਕੋਈ ਲਾਗੇ ਨਹੀਂ ਹੈਗਾ। ਹੁਣ ਜਦ ਕੋਈ ਇਕੱਲਾ ਬੱਚਾ ਤਾਂ ਰੋਏਗਾ ਨਾ, ਧਿਆਨ ਦੇਣਾ। ਗੁਰੂ ਦਾ, ਮਾਂ ਬਾਪ ਦਾ, ਬਜ਼ੁਰਗਾਂ ਦਾ ਇਤਨਾ ਪਿਆਰ ਹੈ, ਬੱਚਾ ਉੱਚੀ ਉੱਚੀ ਰੋਂਦਾ, ਉੱਚੀ ਉੱਚੀ ਰੋਂਦਾ ਹੈ, ਕੀ ਹੁੰਦਾ? ਭਾਈ ਸਾਹਿਬ ਕਹਿੰਦੇ ਗੁਆਂਢੀ ਬੜੇ ਚੰਗੇ ਨੇ, ਨੈਕਸਟ ਟੂ ਨੇਬਰ ਬੜੇ ਚੰਗੇ ਨੇ, ਆਵਾਜ਼ ਬੱਚੇ ਦੀ ਸੁਣਦੇ, ਵੱਜ ਕੇ ਆ ਕੇ ਕੁੰਡੀ ਖੋਲਦੇ ਨੇ ਅਤੇ ਬੱਚੇ ਨੂੰ ਚੁੱਕਦੇ ਨੇ, ਪਰ ਬੱਚਾ ਰੋਣੋ ਨਹੀਂ ਹੱਟਦਾ, ਬਥੇਰਾ ਪਿਆਰ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਕੁਛ ਕਰ ਕਰਕੇ ਦਿਖਾਉਂਦੇ, ਪਰ ਬੱਚਾ ਨਹੀਂ, ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ, ਬੱਚੇ ਨੂੰ ਤਰ੍ਹਾਂ ਤਰ੍ਹਾਂ ਦੇ ਖਿਡੌਣੇ ਵੀ ਦਿੰਦੇ ਨੇ, ਇੱਥੋਂ ਤੱਕ ਸਵੀਟਾਂ ਵੀ ਖਾਣ ਨੂੰ, ਮਠਿਆਈ ਵੀ ਦਿੰਦੇ ਨੇ, ਪੁਰਾਣਾ ਸਮਾਂ ਸੀ, ਪਰ ਬੱਚਾ ਸਾਸ ਨੂੰ ਚੁੱਪ ਨਹੀਂ ਕਰਦਾ, ਇਤਨੇ ਨੂੰ ਮਾਂ ਦੀ ਬਾਰੇ ਸ਼ੋਪਿੰਗ ਕਰਕੇ ਦੇਖਦੀ ਮੇਰਾ ਬੱਚਾ ਰੋ ਗਿਆ, ਵੱਜ ਕੇ ਜਾ ਕੇ ਉਹਨੂੰ ਗੱਲ ਨਾ ਲਗਾਉਂਦੀ, ਤੇ ਬੱਚਾ ਕੁਛ ਦਿੰਦੀ ਨਹੀਂ, ਮਾਂ ਪਿਆਰ ਨਾਲ ਗੱਲ ਨਾ ਲਾਉਂਦੀ, ਕੀ ਆਉਂਦਾ? ਬੱਚਾ ਚੁੱਪ ਕਰ, ਪਿਤਾ ਦੀ, ਪਿਤਾ ਕਾ ਪਿਆਰ ਨਾ ਪੜੋਸੀ ਪਿਆਰ। ਗੁਆਂਢੀ ਬੜੇ ਚੰਗੇ ਨੇ, ਰਿਸ਼ਤੇਦਾਰ, ਚਾਚੇ, ਮਾਮੇ, ਤਾਏ, ਬਜ਼ੁਰਗ ਬੜੇ ਚੰਗੇ ਨੇ, ਪਰ ਜੋ ਮਾਂ ਬਾਪ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕਦੇ ਨੇ, ਉਹ ਕੋਈ ਹੋਰ ਨਹੀਂ ਦੇ ਸਕਦਾ। ਆਓ ਇੱਕ ਵਾਰੀ ਫਿਰ ਪੜੀਏ, ਕਰੀਏ ਲੇੜਨੇ ਪਾਣੇ ਆ, ਥੋੜ੍ਹੀ ਦੇਰ ਜੁੜ ਜਾਂਦੀ, ਕਿਤੇ ਤੁਹਾਡੀ ਆਵਾਜ਼ ਆਈ ਤਾਂ ਮੇਰਾ ਬਸ ਮਨ ਜੁੜ ਗਿਆ ਨਾ, ਇੱਕ ਘੜੀ ਆਧੀ ਘੜੀ ਆਧੀ ਪੁਆ, ਧਿਆਨ ਦੇਣਾ। ਉਹ ਸਮਾਂ ਚਲਾ ਗਿਆ, ਬਾਰਾਂ ਬਾਰਾਂ ਸਾਲ ਖੂਹ ਦੇ ਵਿੱਚ ਪੁੱਠਿਆਂ ਲਟਕਣਾ, ਭੁੱਖਿਆ ਰਹਿਣਾ, ਭੁੱਖਿਆ ਰਹਿਣ ਦੀ ਲੋੜ ਨਹੀਂ, ਛਕੋ ਉਤਨਾ, ਲੰਗਰ ਵੀ ਛਕਦੇ ਨਾ, ਉਤਨਾ ਛਕੋ ਜਿਤਨਾ ਲੋੜ ਹੈ, ਜ਼ਿਆਦਾ ਨਹੀਂ। ਕਿਉਂਕਿ ਮੈਂ ਕਈ ਦਫ਼ਾ ਸੋਚਦਾ, ਮੈਨੂੰ ਭਾਈ ਸਾਹਿਬ ਕਹਿਣ ਲੱਗੇ, ਮੈਂ ਮੇਰੀ ਮਜਬੂਰੀ ਹੁਣ ਇੱਥੇ ਲੰਗਰ ਛਕਣਾ, ਕਈ ਕਈ ਸਾਲ ਵੀ ਜਾਂਦੇ, ਰੋਜ਼ ਜਾਈਦਾ ਸਿੰਘ ਸਭਾ ਸੋਫਾ ਪਾਰ ਕੇ, ਹੁਣ ਦੋ ਦਿਨ ਕਲਾਸ ਸੀ, ਪਹਿਲੇ ਚਾਰ ਦਿਨ ਸੀ, ਮੰਡੇ ਟਿਊਜ਼ਡੇ ਥਰਸਡੇ ਫਰਾਈਡੇ, ਪੰਜ ਦਿਨ ਵੀ ਰਹੀਏ, ਹੁਣ ਦੋ ਦਿਨ ਕਰ ਦਿੰਦੀ, ਸੋਮਵਾਰ ਅਤੇ ਮੰਗਲਵਾਰ, ਬੁੱਧਵਾਰ ਤੁਹਾਡੇ, ਬੁੱਧ ਅਤੇ ਵੀਰ ਤੁਹਾਡੇ ਲੱਗਿਆ ਕਰ ਸੀ, ਭਾਈ ਜਸਵੀਰ ਸਿੰਘ ਨੇ ਬੜਾ ਸੁੰਦਰ ਉਪਰਾਲਾ ਕੀਤਾ ਕਮੇਟੀ ਨੇ, ਪਰ ਫਾਇਦਾ ਲੈ ਲਓ, ਮਹਿੰਗੀ ਚੀਜ਼, ਕਹਿੰਦੇ ਡੈਮੰਡ ਸ਼ੋਪ 'ਤੇ ਗਏ, ਉਸ ਨੂੰ ਤੁਸੀਂ ਜ਼ਰੂਰ ਮਿਲ ਕੇ ਆਓ, ਜੈਸੀ ਕੋਈ ਗੱਲ ਨਹੀਂ, ਬਿਜ਼ਨਸਮੈਨ ਹੋ, ਹਰ ਬੰਦਾ ਡੈਮੰਡ ਸ਼ੋਪ ਦੇ ਕੋਲੋਂ ਹੀ ਲੰਘ ਜਾਂਦਾ, ਜਾਂਦਾ ਨਹੀਂ, ਹੁਣ ਤਾਂ ਕੰਮ ਹੀ ਖਤਮ ਹੋ ਗਿਆ, ਤੁਸੀਂ ਪੌਂਡ ਸ਼ੋਪ 'ਤੇ ਜਾਓ, ਜੂਦਰੀ ਜਿੰਨੀ ਮਰਜ਼ੀ ਚੁੱਕ ਲਓ, ਸੋਨਾ ਪਾਉਣਾ ਲੋਕਾਂ ਨੇ ਬੰਦ ਕਰਤਾ, ਕਿਤਨਾ ਕੁ ਹੈ, ਸਮਾਂ ਚੇਂਜ ਹੋ ਗਿਆ, ਪਹਿਲੇ ਅਸੀਂ ਧਿਆਨ ਨਾਲ ਖਾਂਦੇ ਘਰ 'ਚ ਸੀ ਅਤੇ ਰਿਸ਼ਤਾ ਗੰਦ ਬਾਹਰ ਕੱਢਦੇ ਸੀ, ਧਿਆਨ, ਹੁਣ ਖਾਂਦੇ ਸੀ ਬਾਹਰੋਂ ਅਤੇ ਗੰਦ ਘਰ ਵਿੱਚ ਕਰਦੇ, ਧਿਆਨ ਦੇਣਾ, ਸਮਝ ਗਏ ਨਾ ਗੱਲ, ਕਿਤਨੀ ਚੇਂਜਿੰਗ ਆ ਗਈ, ਜੀਵਨ ਨੂੰ ਉਸ ਤਰੀਕੇ ਦਾ ਢਾਲ ਲਿਆ ਸੀ, ਘਰੇ ਪਾਠ ਕਰ ਲਿਆ, ਬਸ ਲੱਗ ਗਈ ਬਾਬਾ ਸੈਟਿਸਫਾਈ, ਹੋਏ ਨਾ ਹੋਏ ਐਵੇਂ ਸੈਟਿਸਫਾਈ, ਮੈਂ ਖੁਸ਼ ਹਾਂ ਬਾਬਾ ਤੇਰਾ ਪਾਠ ਕਰਕੇ,
गोलक चे माया पाती है सी खुशी खुश रागी सिंह नु माया अरदास थी खुशी खुश प्रसाद दी दिया करती लंगर थी खुशी खुश पर प्यारो आके भांडे भी मांजा करो होवर दी सेवा मल्टी किस्म दी सेवा है जिन्नी मर्जी सेवा कर एक मैं छोटी जी साखी सुना नाम जपन दी कितनी महिमा है समय से समाप्ति करांगा मैं जे तुसी वाहिगुरु 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 कर दे पाए किसी के जीवन बारे झात मारनी आप कह सकते ये बंदा इदा का नहीं नहीं इदा नहीं होता सियाने कहते जा रहा पिया जानी है जा वाह पिया जानी जो तुसी दो घड़िया उस तुरदे हो संगत करते फिर पता लगता है बंदे का ध्यान कितने करता की कहता की है सतगुरु जी समझाना करते प्यार है बिन सतगुरु सेवे बहुता दुख लागा जुग चारे परमाए ध्यान देना बड़ी गुरु अमरदास जी का शब्द है जिदा बच्चे असं डांट दे थोड़ा जहा डांट दे घोड़े वटदे कि छोटे जे बच्चे जमदे मेरे तबले वाला सिंह होंगे से अज भी है 30 साल पुरानी थे मेरा तबले वाला कुछ चला गया मैंने गल बड़ी बोलती नहीं छोटा जा बच्चा पंगोड़े के बजाय अब देखा लग पाया गुस्से न मस्ती मारता सी जिदा कहते भाई साहब जी बलदेव सिंह जी तुम भी मस्ती मारते मैं एक बच्चे को आता कि मैं क्या शायद मजाक कर उन्हें गोली देखी तो बच्चा वाकई रो रहा छोटा जा बच्चा मंत दो मंत का भी वह भी समझता तत्ता ठंडा गुस्सा दे जो गुरु के दरबार से मन शांत कर कैन खाली करके भी असी रोज आया करो रोज कई कहने साड़ी हाजरी नहीं साड़ा काम नहीं होता होता किता नहीं शब्द मरो फिर जीवो सदी ता फिर मन ना होई अमृत नाम सदा मन मीठा शब्दे पावे शब्द दी ताकत बाणी दी ताकत नाम जपन दी ताकत जो असि वाहगुरु वाहगुरु मोस्टली मैं जानना किसी दुकान से पाठ सुखनी साहब की खबरी सिंह की खास ਕਾਲ ਵਿੱਚ ਦੁਕਾਨ 'ਤੇ ਗੱਡੀ ਵਿੱਚ ਪਾਠ ਚੱਲਦਾ ਰਹਿੰਦਾ ਪਾਠ ਕੰਨਾਂ 'ਚ ਕੰਨ ਕੰਨ ਪਵਿੱਤਰ ਰਹਿੰਦੇ ਗੰਦੇ ਗਾਣੇ ਸੁਣਾਂ ਤਾਂ ਉਸ ਤਰ੍ਹਾਂ ਮਾੜੇ ਫਿਰ ਆਦਤ ਪੈਸੇ ਜਿਵੇਂ ਜਿਹਾ ਤੁਸੀਂ ਜਾਣਦੇ ਸੰਗਤ ਮਹਾਰਾਜ ਗੁਰੂ ਨਾਨਕ ਪਤਾ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਹੁਕਮ ਇੱਕੋ ਨਾਮ ਇੱਕੋ ਨਾਮ ਹੁਕਮ ਹੈ ਨਾਨਕ सतगुरु दिया बजा जी और पंक्ति पढ़ के मैं समाप्ति करा कोई भी रसना मांज न कर पूरा हर जी हो कृपा करो Why?
Why do you?